ਚਿੱਟੇ ਦੇ ਸੌਦੇ ਮੌਕੇ ਇਕੱਠ ਹੋਇਆ, ਨਸ਼ਾ ਤਸਕਰਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ। ਆਪੋ ਆਪਣਾ ਦਬਦਬਾ ਤੇ ਬਦਮਾਸ਼ੀ ਕਾਇਮ ਰੱਖਣ ਦੇ ਲਈ ਫਾਇਰ ਕੀਤਾ ਗਿਆ, ਜੋ ਇੱਕ ਨਾਬਾਲਗ ਦੇ ਲੱਗਿਆ। ਦੱਸਦੇ ਕਿ ਦੋ ਧਿਰਾਂ ਨਸ਼ੇ ਦੇ ਸੁਦਾਗਰਾਂ ਦੀਆਂ ਆਮੋ ਸਾਹਮਣੇ ਹੋਈਆਂ ਨੇ। ਪੁਲਿਸ ਨੇ ਇੱਕ ਪਤੀ ਪਤਨੀ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਔਰ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਅੰਬੋਹਰ ਤੋਂ ਸਾਹਮਣੇ ਆਇਆ। ਦੋਵੇਂ ਧਿਰਾਂ ਨਸ਼ੇ ਦੀਆਂ ਤਸਕਰ ਨੇ। ਆਪੋ ਆਪਣਾ ਦਬਦਬਾ ਚਮਕਾਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਪੁਲਿਸ ਨੇ ਫੜੇ ਗਏ ਪਤੀ ਪਤਨੀ ਅਤੇ ਉਹਨਾਂ ਦੇ ਨਾਲ ਵਿਅਕਤੀਆਂ ਤੋਂ ਇੱਕ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਖੋਲ ਬਰਾਮਦ ਕੀਤੇ ਨੇ। ਫੜੇ ਗਏ ਪਤੀ ਪਤਨੀ ਦਾ ਕ੍ਰਾਈਮ ਰਿਕਾਰਡ ਹੈ, ਪਹਿਲਾਂ ਵੀ ਕਈ ਮਾਮਲੇ ਉਹਨਾਂ ਤੇ ਦਰਜ ਨੇ। ਸਭ ਤੋਂ ਪਹਿਲਾਂ ਮੈਸੇਜ ਇਹ ਆਇਆ ਵੀ ਕਿਸੇ ਨੇ ਗੋਲੀ ਮਾਰਤੀ ਤੇ ਬੱਚਾ 16 ਸਾਲ ਦਾ ਤੇ ਉਹ ਹਸਪੀਟਲਾਈਜ਼ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਸਾਰਿਆਂ ਨੂੰ ਮੈਸੇਜ ਆਇਆ, ਸਾਡੀ ਸਾਰੀ ਜਿਹੜੀ ਫੋਰਸ ਸਰਕਲ 'ਚ ਆਈ ਅਤੇ ਸਪੈਸ਼ਲੀ DSP ਅਬੋਹਰ ਨੂੰ ਜਿਹੜਾ ਹੈਗਾ ਅਸੀਂ ਸੁਪਰਵਾਈਜ਼ ਕਰਨ ਲਈ ਕਿਹਾ ਇਸ ਨੂੰ। ਅਤੇ ਤੁਸੀਂ ਇਹ ਦੇਖੋ ਕਿ ਇਹਦੇ 'ਚ ਪਹਿਲਾਂ ਕਿਉਂਕਿ ਮਦਈ ਜਿਹੜਾ ਹੈਗਾ ਸੀਗਾ ਉਹ ਇੰਜਰਡ ਸੀ, ਉਹਦੇ ਨਾਲ ਵਾਲਾ ਸਾਥੀ ਵੀ ਕੋਈ ਕਲੈਰਿਟੀ ਨਹੀਂ ਸੀ ਕਰ ਰਹੇ। ਸੋ ਇਸ ਚੀਜ਼ ਨੂੰ ਸਭ ਨੂੰ ਦੇਖਦੇ ਹੋਏ ਪਰ ਅਸੀਂ ਗੱਡੀ ਨੂੰ ਪਲੱਸ ਕੈਮਰਾਜ਼ ਨੂੰ ਫੋਲੋਅਪ ਕਰਦੇ ਹੋਏ, ਠੀਕ ਹੈ, ਅਸੀਂ ਇਸ ਨਤੀਜੇ 'ਚ ਪਹੁੰਚੇ ਕਿ ਜਿਹੜਾ ਹੈਗਾ ਸਵਿਫਟ, ਜਿਹੜੀ ਇਹ ਸਵਿਫਟ ਕਾਰ 'ਚ ਸੀਗੇ ਮੁੰਡੇ ਦੋ, ਜਿਹੜੇ ਕਿ ਇੱਕ ਤਾਂ ਆਪਣਾ ਮਦਈ ਹੈਗਾ ਹਰਪ੍ਰੀਤ ਅਤੇ ਦੂਸਰਾ ਜਿਹੜਾ ਸੀਗਾ ਉਹਦਾ ਨਾਮ ਹੈਗਾ ਗੁਰਜੀਤ ਉਰਫ ਜੀਤਾ, ਠੀਕ ਹੈ ਨਾ ਜੀ, ਗੁਲਾਮ ਨਗਰ। ਇਹ ਉੱਥੇ ਜਿਹੜਾ ਹੈਗਾ ਉੱਥੇ ਖੜੇ ਸੀਗੇ, ਠੀਕ ਹੈ ਜੀ, ਇਹਨਾਂ ਦੇ ਦੱਸਣ ਮੁਤਾਬਕ। ਅਤੇ ਨਾਲੇ ਪਿੱਛੋਂ ਜਿਹੜਾ ਹੈਗਾ ਇੱਕ ਸਵਿਫਟ ਕਾਰ 'ਚ ਆਏ ਹੁੰਦੇ, ਨਹੀਂ ਜਿਹੜੇ ਪਹਿਲਾਂ ਆਏ ਨਾ ਇਹਦੇ ਸਾਥੀ, ਉਹ ਵੀ ਉੱਥੇ ਖੜੇ ਸੀ ਢਾਬੇ ਦੇ ਅੱਗੇ। ਫਿਰ ਉਸ ਤੋਂ ਬਾਅਦ ਜਿਹੜਾ ਇੱਕ ਫੋਰਚੂਨਰ ਆਉਂਦੀ ਹੈ, ਫੋਰਚੂਨਰ 'ਚੋਂ ਤਿੰਨ ਬੰਦੇ ਉਤਰਦੇ ਨੇ, ਉਤਰ ਕੇ ਇਹਨਾਂ ਨਾਲ ਗੱਲਬਾਤ ਦੌਰਾਨ ਸਕਫਲ ਹੁੰਦੀ ਹੈ, ਉਹਨਾਂ ਕੋਲ ਕਾਪੇ ਵਗੈਰਾ ਹੁੰਦੇ ਆ, ਇਹ ਵੀ ਚਾਰ ਜਣੇ ਸੀਗੇ। ਅਤੇ ਇਹਨਾਂ ਦੀ ਜਦੋਂ ਆਪਸ 'ਚ ਉੱਥੇ ਹੋਇਆ ਤਾਂ ਉੱਥੋਂ ਇਹਨੇ ਜਿਹੜਾ ਮੁੰਡਾ ਡਰਾਈਵਰ ਚਲਾ ਰਿਹਾ ਸੀਗਾ, ਫਿਰ ਉਹਦੇ ਕੋਲ ਪਿਸਟਲ ਸੀਗਾ, ਉਹਨੇ ਫਿਰ ਫਾਇਰ ਕੀਤਾ, ਫਾਇਰ ਜਿਹੜਾ ਜਾ ਕੇ ਉੱਥੇ ਲੱਗ ਗਿਆ। ਉਹ ਜਦੋਂ ਫਾਇਰ ਲੱਗਿਆ ਉਸ ਤੋਂ ਬਾਅਦ ਸਾਰੇ ਇੱਧਰ ਉੱਧਰ ਹੋ ਗਏ। ਉਸ ਤੋਂ ਬਾਅਦ ਫਿਰ ਉਹ ਫੋਰਚੂਨਰ ਗੱਡੀ ਨੂੰ ਦੇਖਦੇ ਹੋਏ ਅਤੇ ਉਸ ਤੋਂ ਬਾਅਦ ਸਾਡੀ ਫਿਰ CIA ਦੀ ਟੀਮਸ ਅਸੀਂ ਜਿਹੜੀਆਂ ਹੈਗੀਆਂ ਨਾਲ ਲਾਤੀਆਂ ਸੀਗੀਆਂ। ਉਸ ਉੱਥੋਂ ਫਿਰ ਜਿਹੜਾ ਹੈਗਾ ਚੱਲਿਆ ਅੱਗੇ ਅਤੇ ਫਿਰ ਅਸੀਂ ਜਿਹੜਾ ਹੈਗਾ ਇੱਕ ਸਤਪਾਲ ਉਰਫ ਸੱਤੀ ਜਿਹੜਾ ਇਹ ਮਲੋਟ ਦੇ ਤਕਰੀਬਨ ਸਾਰੇ ਜਿਹੜੇ ਹੈਗੇ ਮਲੋਟ ਸਾਈਡ ਦੇ ਨੇ, ਉਹ ਅਲੱਗ ਅਲੱਗ ਪਿੰਡ ਹੈਗਾ, ਜਿਹੜਾ ਇਹ ਸਤਪਾਲ ਸੱਤੀ ਹੈ ਇਹ ਜਿਹੜਾ ਹੈਗਾ ਨਸ਼ੇ ਅਤੇ ਲੜਾਈ ਝਗੜੇ ਦਾ ਪਹਿਲਾਂ ਵੀ 8-9 ਮੁਕਦਮੇ ਦੇ ਤੇ ਦਰਜ ਹੈਗੇ। ਉਸ ਤੋਂ ਬਾਅਦ ਜਿਹੜਾ ਸਤਪਾਲ ਸੱਤੀ ਹੈ ਉਹਦੀ ਵਾਈਫ ਹੈ ਮਨਪ੍ਰੀਤ ਕੌਰ, ਜਿਹਦੇ ਪਹਿਲਾਂ 7-5 ਦੇ ਦਰਜ ਹੈ, ਮਤਲਬ ਇਹ ਹਸਬੈਂਡ ਵਾਈਫ ਦੇ ਆਰ ਲਾਈਕ ਅ ਪ੍ਰੋਫੈਸ਼ਨਲ, ਇਹ ਆਪਣੇ ਐਜ਼ ਅ ਪ੍ਰੋਫੈਸ਼ਨਲ ਨੇ। ਉਸ ਤੋਂ ਇਲਾਵਾ ਫਿਰ ਜਸਵਿੰਦਰ ਸਿੰਘ ਪੁੱਤਰ ਸੰਤੋਖ ਪਾਲ, ਇਹ ਪੱਕੀ ਟਿੱਬੀ ਦਾ ਜੀ, ਅਤੇ ਜਿਹੜੇ ਇਹ ਸਤਪਾਲ ਹੈ ਅਤੇ ਮਨਪ੍ਰੀਤ ਕੌਰ ਹੈ ਇਹ ਗੁਰੂਸਰ ਯੋਧਾ ਦੇ ਨੇ ਜੀ, ਠੀਕ ਹੈ ਜੀ। ਉਸ ਤੋਂ ਇਲਾਵਾ ਇੱਕ ਇਹਨਾਂ ਦਾ ਸਾਥੀ ਜਿਹੜਾ ਹੈਗਾ ਜਰਨੈਲ ਸਿੰਘ ਹੈ, ਪੁੱਤਰ ਬਲਵੀਰ ਸਿੰਘ ਵਾਸੀ ਗੁਰਸਰ ਯੋਧਾ ਦਾ, ਇਹ ਵੀ ਗੁਰਸਰ, ਅਤੇ ਪਲੱਸ ਇੱਕ ਨਾਮ ਵਿਅਕਤੀ ਹੈ। ਸੋ ਇਹਦੇ 'ਚੋਂ ਤਿੰਨ ਬੰਦੇ ਅਸੀਂ ਅਰੈਸਟ ਕਰ ਲਏ ਹੈ, ਤਿੰਨ ਬੰਦੇ ਅਰੈਸਟ ਹੈ ਅਤੇ ਪਿਸਤਲ ਜਿਹੜਾ ਹੈਗਾ ਬਰਾਮਦ ਕਰ ਲਿਆ ਹੈਗਾ, ਅਤੇ ਨਾਲ ਨੌ ਰੌਂਦ ਨੇ, ਨੌ ਖੋਲ ਨੇ ਜਿਹੜੇ ਉਹਨਾਂ ਤੋਂ ਸਤਪਾਲ ਇਹ ਦੇਖੋ ਜੀ ਇਹਦੇ 'ਚ ਨਾ ਕਲੀਅਰ ਕਰਨਾ, ਕਿਉਂਕਿ ਦੋਨੋਂ ਪਾਸੇ ਅਸੀਂ ਉਹ ਕੀਤਾ ਕਿ ਪਤਾ ਤਾਂ ਇਹ ਲੱਗਿਆ ਸੀਗਾ ਵੀ ਇਹ ਕੋਈ ਚਿੱਟਾ ਵਗੈਰਾ ਡਰੱਗ ਡੀਲ ਕਰਦੇ ਸੀ, ਠੀਕ ਜੀ, ਜਿਵੇਂ 10 ਗ੍ਰਾਮ 15 ਗ੍ਰਾਮ ਦਿੰਦੇ ਸੀ। ਉਹਨਾਂ ਦਾ ਜਿਹੜੀ ਟੀਮ ਵੇਟਿੰਗ ਟੀਮ ਸੀਗੀ ਉਹਨੂੰ ਇਹ ਹੋ ਗਿਆ ਵੀ ਪੈਸੇ ਪੂਸੇ ਦੇਣੇ ਅਸੀਂ ਖਿੱਚਣਾ ਹੈਗਾ, ਜਿਵੇਂ ਕਹਿੰਦੇ ਨਾ ਬਦਮਾਸ਼ੀ ਟਾਈਪ ਹੋ ਗਈ।
ਸੋ ਦੇਵਰ ਬੋਥ ਲਾਈਕ ਹੁਣ ਆਪਾਂ ਇਹ ਕਹਿ ਸਕਦੇ ਕਿ ਦੋਨੋਂ ਇੱਕੋ ਹੀ ਜੱਟੇ ਬੱਟੇ ਸੀਗੇ, ਇਸ ਕਰਕੇ ਅਸੀਂ ਦੋਨੋਂ ਪਾਸੇ ਫੋਲੋ ਅਪ ਕਰਾਂਗੇ ਬਿਕੋਜ਼ ਸਾਨੂੰ ਦੇਖੋ ਸਾਨੂੰ ਦੋ ਕੇਸ ਲਗਾਤਾਰ ਸਾਡੇ ਹੋ ਗਏ, ਸੋ ਇਸ ਕਰਕੇ ਹਲੇ ਫੋਲੋ ਅਪ ਦਾ ਫਰਦਰ ਟਾਈਮ ਨਹੀਂ ਲੱਗਿਆ। ਇਹਨੂੰ ਮੈਂ ਰਿਮਾਂਡ ਲੈ ਕੇ ਅਸੀਂ ਪਰਟੀਕੁਲਰਲੀ ਈਵਨ ਮੈਂ ਵੀ ਸਟੇਸ਼ਨ ਹੋਵਾਂਗੇ, ਅਸੀਂ ਇਹਨੂੰ ਡਾਇਰੈਕਟ ਦਾ ਜਿਹੜਾ ਇਹ ਕੇਸ ਹੈਗਾ ਇਹਦੇ ਚ ਅੱਗੇ ਚੱਲਣ ਦੇ ਆਸਾਰ ਹੈਗੇ ਆ। ਇਹਦੇ ਚ ਹੁਣ ਜਿਹੜੀ ਗੱਲ ਇਹ ਹੈਗੀ ਹੈ ਕਿ ਜਿਹੜੀ ਪ੍ਰੋਪਰ ਇੰਟਰੋਗੇਸ਼ਨ ਦੀ ਲੋੜ ਹੈਗੀ ਹੈ ਕਿ ਤੁਸੀਂ ਇਹਨਾਂ ਦਾ ਰਿਕਾਰਡ ਦੇਖੋ, ਮਤਲਬ ਜੇ ਆਪਾਂ ਦੇਖ ਰਿਹਾ ਤੁਹਾਨੂੰ ਦਿੱਤਾ ਜਾਊਗਾ, ਮਤਲਬ ਅੱਠ ਅੱਠ ਨੌ ਨੌ ਪਰਚੇ ਆ, ਮਤਲਬ ਪਰਚੇ ਦੀ ਤੁਸੀਂ ਜੇ ਦੇਖੋਗੇ ਡਰੱਗਸ ਅਤੇ ਵੈਪਨ ਦੋਨਾਂ ਨਾਲ ਰਿਲੇਟਡ ਕੇਸਿਸ ਨੇ, ਅਤੇ ਕਬਰਵਾਲ ਥਾਣੇ 'ਚ ਜ਼ਿਆਦਾ ਇਹਨਾਂ ਦੇ ਜਿਹੜੇ ਪਰਚੇ ਆ ਉਹ ਥਾਣਾ ਕਬਰਵਾਲ 'ਚ ਹੈਗਾ ਕਿਉਂਕਿ ਉੱਧਰ ਇਹ ਪਰੇਡ ਕਰਦੇ ਸੀ। ਆਈ ਜਿਹੜੇ ਤੁਸੀਂ ਮਨਪ੍ਰੀਤ ਕੌਰ ਆ ਤਕਰੀਬਨ ਸਿਮਿਲਰ ਵੀ ਨੇ ਅਤੇ ਕੁਝ ਅਲੱਗ ਵੀ ਹੈਗੇ, ਜਿਵੇਂ ਸਿਟੀ ਮਲੋਟ, ਬਠਿੰਡਾ, ਮੁਕਤਸਰ ਸਾਹਿਬ, ਇੱਧਰ ਇਹਨਾਂ ਨੇ ਜਿਹੜਾ ਹੈਗਾ ਪਰੇਡ ਜ਼ਿਆਦਾ ਕਰਦੇ ਸੀਗੇ। ਸੋ ਇਹਦੇ 'ਚ ਇੱਕ ਇਹਦੇ 'ਚ ਹੁਣ ਇਹ ਹੈਗਾ ਕਿ ਆ ਜਿਹੜਾ ਜਸਵਿੰਦਰ ਹੈ ਇਹਦੇ 'ਤੇ ਵੀ ਇੱਕ ਪਰਚਾ, ਇਹ ਜਿਹੜਾ ਪੱਕੀ ਟਿੱਬੀ ਆਪਣਾ ਤਹਿਸੀਲ ਮਲੋਟ ਦਾ ਹੈਗਾ, ਤੁਸੀਂ ਦੇਖੋ ਇਹਦੇ 'ਚ 3/1/2020 ਨੂੰ 21/65 ਇਹਦੇ ਪਰਚਾ ਦਰਜ ਹੈ। ਸੋ ਇਹਦੇ 'ਚ ਇਹ ਹੈਗਾ ਕਿ ਜਿੱਥੇ ਡਰੱਗਸ ਆ ਜਾਂਦਾ ਉੱਥੇ ਆਪਾਂ ਦੇਖਿਆ ਫੈਮਿਲੀ ਚਾਹੇ ਚੰਗੀ ਹੈ ਬਟ ਈਜ਼ੀ ਮਨੀ, ਕਿਉਂ ਜੀ ਈਜ਼ੀ ਮਨੀ ਜ਼ਿਆਦਾ ਮਨੀ। ਸੋ ਇਹ ਫਲੋ ਆਫ ਡਰੱਗਸ ਦਾ ਜਿਹੜਾ ਹੈਗਾ ਇੱਕ ਬੜਾ ਵੱਡਾ ਐਂਗਲ ਹੈ ਜਿਹਨੂੰ ਕਿ ਅਸੀਂ ਅੱਗੇ ਹਲੇ ਇਨਵੈਸਟੀਗੇਟ ਕਰਾਂਗੇ।